ਨਮਸਕਾਰ ਮੇਰਾ ਨਾਮ ਤਾਨਿਆ ਗੁਪਤਾ ਹੈ ਤੇ ਮੈਂ ਗਵਰਨਮੈਂਟ ਊਮਨ ਪ੍ਰੇਡ ਕਾਲਜ ਦੀ ਛਾਤਰ ਹਾਂ ਮੈਂ ਮੈਂ ਬੀਏ ਸੈਕੰਡ ਸਮੈਸਟਰ ਚ ਪੜਾ ਕਰਦੀ ਹਾਂ ਤੇ ਮੇਰਾ ਅਨੁਕ੍ਰਮਾ 1791 ਹੈ ਅੱਜ ਤਾਂ ਮੇਰਾ ਪ੍ਰਸ਼ਨ ਹੈ ਭਾਸ਼ਾ ਬੋਲੀ ਤੇ ਵਾਨੀ ਦਾ ਅਰਥ ਕਰਨੇ ਭਾਸ਼ਾ ਤੇ ਬੋਲੀ ਚ ਅੰਤਰ ਸਪਸ਼ਟ ਕਰਨਾ ਭਾਸ਼ਾ ਪਾਸ਼ਾ ਸ਼ਬਦੀ ਉਤਪਤੀ ਸੰਸਕ੍ਰਿਤ ਦਾਤੂ ਪਾਸ਼ਥਮਾ ਹੋਈਦੀ ਹੈ ਜਿਸ ਦਾ ਅਰਥ ਹੈ ਬੋਲਣਾ ਫਾਰ ਉਰਦੂ ਫਾਰਸੀ ਚ ਪਾਸ਼ਾ ਹਸਤੇ ਜਵਾਨ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਚ ਪਾਸ਼ਾ ਹਸਤੇ ਬੋਲੀ ਤੇ ਭਾਸ਼ਾ ਦੋਹੇ ਸ਼ਬਦ ਪ੍ਰਚਲਿਤ ਨੇ ਅੰਗਰੇਜ਼ੀ ਬੋਲਣ ਵਾਲੇ ਟੰਗ ਸ਼ਬਦ ਦਾ ਪ੍ਰਯੋਗ ਕਰਦੇ ਨੇ ਜਵਾਨ ਪਾਸ਼ਾ ਜ਼बान ਤੇ ਟੰਗ ਦੋਹੇ ਸ਼ਬਦਾਂ ਦਾ ਸੰਬੰਧ ਕੁਸੇ ਨਾ ਕੁਸੇ ਰੂਪ ਕੁਸੇ ਨਾ ਕੁਸੇ ਰੂਪ ਚ ਕਰਮ ਇੰਦਰੀ ਜੀਵ ਕਨੇ ਜੁੜੇ ਦਾਏ ਇਸ ਕਰੀਏ ਅਸ ਆਖੀ ਸਕਨੇ ਆ ਪਾਸ਼ਾ ਜੀਵੇ ਥਮਾ ਪੈਦਾ ਹੋਣੇ ਲੀਆਂ ਸਾਰਥਕ ਦਵਨੀ ਦਾ ਸਮੂਹ ਪਾਸ਼ਾ ਮਾਨੂ ਦੇ ਵਿਚਾਰੇ ਕੀ ਚੰਗੀ ਚਾਲੀ ਪ੍ਰਗਟ ਕਰਨੇ ਅਲੇ ਕਰਨੇ ਦਾ ਸਾਧਨ ਹੈ ਮਾਨੂ ਪਾਸ਼ਾ ਦੁਆਰਾ ਸਿਰਫ ਬੋਲਦਾ ਸੁਣਦਾ ਪੜਦਾ ਤੇ ਲਿਖਦਾ ਕੇ ਨਹੀਂ ਹੈ ਸੋਚਦਾ ਵੀ ਸੋਚਦਾ ਵੀ ਪਾਸ਼ਾ ਕਿਹੜੀ ਲੈਤੀ ਜਾਏ ਤੈ ਮਨੁੱਖ ਤੈ ਮਨੁੱਖ ਮਨੁੱਖ ਪਸ਼ੂ ਥਮਾ ਬਦ ਕਿਸਬਿਨੀ ਪਾਸ਼ਾ ਦਾ ਪਾਸ਼ਾ ਦੇ ਚੰਗੇ ਗਿਆਨ ਬਗੈਰ ਨਾ ਤੇ ਵਿਦਿਆਰਥੀ ਨਾ ਤੇ ਕੋਈ ਵਿਦਿਆਰਥੀ ਚੰਗਾ ਬਣੀ ਸਕਦਾ ਤੇ ਨਾ ਕਿ ਕੋਈ ਅਧਿਆਪਕ ਇਆਂ ਆਖੀ ਸਕਨੇ ਆ ਜੇ ਪੜਾਈ ਲਿਖਾਈ ਜੂੜੇ ਦੇ ਮਾਨੂੰ ਮਾਨੂੰਗੀ ਭਾਸ਼ਾ ਦੇ ਸ਼ੁੱਧ ਪ੍ਰਯੋਗ ਤੇ ਨਿਯਮਿਤੀ ਜਾਣਕਾਰੀ ਹੋਣਾ ਲਾਜ਼ਮੀ ਹੈ ਬੋਲੀ ਇਸਤੇ ਅੰਗਰੇਜ਼ੀ ਚ ਡਾਇਲੈਕਟ ਸ਼ਬਦ ਵਰਤੋਂਦਾ ਹੈ ਹਿੰਦੀ ਚ ਇਸ ਹਸਤੇ ਉਪਭਾਸ਼ਾ ਵਰਤੇ ਜਾਂਦੇ ਨੇ ਇਕਸ਼ਾ ਇਕਸ਼ਾ ਮਤੀਏ ਵਾਨੀਏ ਦੇ ਸਮੂਹ ਜਿੰਦੇ ਚ ਕਾਫੀ ਕਾਫੀ ਮਤਾ ਸਮੇ ਹੋਏ ਬੋਲੀ ਖਾਂਦੇ ਨੇ ਇਆਂ ਭਾਸ਼ਾ ਤੇ ਬੋਲੀ ਚ ਬੋਲੀ ਚ ਉਹਾਂ ਤੇ ਕੋਈ ਫਰਕ ਵੇਦ ਨਹੀਂ ਹੈ ਪਰ ਇਸੇ ਸਮਝਾਣੇ ਹਿੱਤੇ ਇੰਦੀਆਂ ਇੰਦੀਆਂ ਵਿਸ਼ੇਸ਼ਤਾ ਗਾਈਆਂ ਜਾਈ ਸਕਦੀਆਂ ਨੇ ਭਾਸ਼ਾ ਦਾ ਖੇਤਰ ਵਿਵਗ ਹੁੰਦਾ ਹੈ ਪਰ ਬੋਲੀ ਦਾ ਸਿਮਟ ਭਾਸ਼ਾ ਕੀ ਬੋਲਣ ਵਾਲੇ ਲੋਕ ਮਤੇ ਹੁੰਦੇ ਨੇ ਪਰ ਬੋਲੀ ਕੀ ਬੋਲਣ ਵਾਲੇ ਘਟ ਇੱਕ ਭਾਸ਼ਾ ਦੇ ਖੇਤਰ ਚ ਇਸ ਦੀਆਂ ਕਈ ਬੋਲੀਆਂ ਹੁੰਦੀਆਂ ਨੇ ਜਦ ਕਿ ਇੱਕ ਇੱਕ ਬੋਲੀਆਂ ਇੱਕ ਬੋਲੀ ਦੇ ਖੇਤਰ ਚ ਇੱਕੇ ਭਾਸ਼ਾ ਪਾਸ਼ਾ ਤੇ ਬੋਲੀਗੀ ਬੋਲੀ ਅੰਗਰ ਪਾਸ਼ਾ ਦਿਵਾਨੀ ਕੀ ਸਮਝਣਾ ਵੀ ਜ਼ਰੂਰੀ ਹੈ ਇਸ ਇਸ ਕਚਾਲੀ ਇੰਦਿਆਂ ਕਈ ਵਿਸ਼ੇਸ਼ਤਾ ਲਿਖੀ ਦੀਆਂ ਨੇ ਪਾਸ਼ਾ ਸਮਾਜਿਕ ਹੋਂਦ ਦੀ ਹੈ ਤੇ ਵਾਨੀ ਵਕੀ ਪਾਸ਼ਾ ਦਾ ਮਾਨਕ ਰੂਪ ਹੁੰਦਾ ਹੈ ਦਿਵਾਨੀ ਦਾ ਨਹੀਂ ਉਹਨਾਂ ਸਕਲ ਕਰਦੇ ਆ ਵਾਨੀ ਦੀ ਵਾਨੀ ਹਸਤੇ ਅੰਗਰੇਜ਼ੀ ਚ ਸਪੀਚ ਸ਼ਕਤ ਵਰਤੋਂਦਾ ਹੈ ਵਿਅਕਤੀ ਸਮਾਜ ਥਮਾ ਵਿਅਕਤੀ ਸਮਾਜ ਥਮਾ ਪਾਸ਼ਾ ਗ੍ਰਾਂਂਡ ਕਰਦਾ ਹੈ ਵਿਅਕਤੀ ਤੇ ਸਮਾਜ ਚ ਆਦਾਨ ਪ੍ਰਦਾਨ ਦੀਆਂ ਕ੍ਰਿਆਵਾਂ ਪ੍ਰਤੀਕ੍ਰਿਆਾਂ ਲਗਾਤਾਰ ਚਲਦੀਆਂ ਰਹੁੰਦੀਆਂ ਨੇ ਵਾਨੀ ਦੇ ਦੋ ਮਹੱਤਵਪੂਰਨ ਪਹਿਲੂ ਨਾ ਬੋਧ ਤੇ ਅਭਿਵੰਚਨ ਬੋਧ ਆਦਾਨ ਦਾ ਸਾਧਨ ਹੈ ਤੇ ਅਭਿਵੰਚਨ ਪ੍ਰਦਾਨ ਦਾ ਧੰਨਵਾਦ